ਪੰਜਾਬ ਵਿੱਚ ਨਾੜ ਸਾੜਨ ਤੋਂ ਰੋਕਣ ਤੇ ਨਵੀਂ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵਿਰਗੋ ਕਾਰਪੋਰੇਸ਼ਨ ਨਾਲ 630 ਕਰੋੜ ਰੁਪਏ ਦੀ ਲਾਗਤ ਵਾਲੇ ਬਾਇਓਫਿਊਲ ਪ੍ਰੋਜੈਕਟ ਦੇ ਦਸਤਖਤ ਕੀਤੇ ਹਨ, ਜਿਸ ਨੂੰ ਅਮਰੀਕੀ ਕੰਪਨੀ ਹਨੀਵੇਲ ਵੱਲੋਂ ਤਕਨੀਕੀ ਉਪਲਬਧ ਕਰਵਾਈ ਜਾਵੇਗੀ। ਇਸ MOU ਤੇ ਦਸਤਖਤ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਭਾਰਤ 'ਚ ਅਮਰੀਕੀ ਰਾਜਦੂਤ ਦੇ ਆਈ ਜਸਟਰ ਦੀ ਅਗਵਾਈ 'ਚ ਕੀਤੇ ਗਏ। ਵਿਰਗੋ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਕਨਵ ਮੋਗਾ ਵੀ ਇਸ ਮੌਕੇ 'ਤੇ ਮੌਜੂਦ ਸਨ। ਵਿਰਗੋ ਕੰਪਨੀ ਵੱਲੋਂ ਰੈਪਿਡ ਥਰਮਲ ਪ੍ਰੋਸੈਸਿੰਗ ਪਲਾਂਟ ਲਾਏ ਜਾਣਗੇ, ਜਿਸ ਨਾਲ ਪ੍ਰਤੱਖ ਤੌਰ 'ਤੇ 150 ਅਤੇ ਪ੍ਰਤੱਖ ਰੂਪ ਨਾਲ 500 ਲੋਕਾਂ ਦਾ ਰੁਜ਼ਗਾਰ ਵੀ ਮਿਲੇਗਾ। ਇਸ ਪ੍ਰੋਜੈਕਟ 'ਤੇ ਦਸਤਖਤ ਹੋ ਜਾਣ 'ਤੇ ਹੁਣ ਭਵਿੱਖ 'ਚ ਵੀ ਪੰਜਾਬ ਅਤੇ ਅਮਰੀਕਾ ਵਿਚਾਲੇ ਨਿਵੇਸ਼ ਤਕਨੀਕੀ ਟ੍ਰਾਂਸਫਰ ਦੀਆਂ ਸੰਭਾਵਨਾਵਾਂ ਖੁੱਲ੍ਹ ਗਈਆਂ ਹਨ। ਸਰਕਾਰੀ ਬੁਲਾਰੇ ਨੇ ਕਿਹਾ ਕਿ ਇਸ ਪ੍ਰੋਜੈਕਟ 'ਤੇ ਲਾਗੂ ਹੋਣ ਨਾਲ ਸੂਬੇ 'ਚ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਲਈ ਮਦਦ ਮਿਲੇਗੀ, ਜੋ ਕਿ ਨਾੜ ਨੂੰ ਸਾੜਨ ਨਾਲ ਫੈਲ ਰਿਹਾ ਹੈ। ਇਸ ਨਾਲ ਕਿਸਾਨਾਂ ਦੀ ਆਮਦਨੀ ਵਿੱਚ ਵੀ ਵਾਧਾ ਹੋਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਵਿੱਚ ਨਵੀਂ ਊਰਜਾ ਉਤਪਾਦਨ ਲਈ ਸਹਾਈ ਸਾਬਿਤ ਹੋਵੇਗਾ। ਉਹਨਾਂ ਨੇ ਕਿਹਾ ਕਿ ਕਿਸਾਨ ਆਪਣੀਆਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਦੀ ਬਜਾਏ ਉਹਨਾਂ ਨੂੰ ਪ੍ਰੋਜੈਕਟ 'ਚ ਵਰਤਣ ਲਈ ਵੇਚ ਸਕਣਗੇ। ਇਸ ਨਾਲ ਪੰਜਾਬ 'ਚ ਹਵਾ ਪ੍ਰਦੂਸ਼ਣ 'ਚ ਹੋਰ ਸੁਧਾਰ ਹੋਵੇਗਾ। ਉਹਨਾਂ ਨੇ ਕਿਹਾ ਕਿ ਅਜਿਹੇ ਹੀ ਹੋਰ ਪ੍ਰੋਜੈਕਟਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਜਰਮਨ ਕੰਪਨੀ ਵਰਬੀਓ ਨੂੰ ਬਾਇਓ CNG ਸਹੂਲਤ ਦੇਣ ਲਈ ਸਥਾਨ ਦੀ ਚੋਣ ਕਰ ਲਈ ਗਈ ਹੈ, ਜਦੋਂ ਭਾਰਤ ਸਰਕਾਰ ਦੀ ਨਵਰਤਨ ਕੰਪਨੀ HPCL ਨੂੰ ਜ਼ਮੀਨ ਮਿਲ ਗਈ ਹੈ ਅਤੇ ਉਹ ਵੀ ਜਲਦ ਹੀ ਸਥਾਨ ਦੀ ਚੋਣ ਕਰ ਲਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਨੂੰ ਵੀ ਜ਼ਮੀਨ ਦੇਣ ਜਾ ਰਹੀ ਹੈ ਤਾਂ ਕਿ ਉਹ ਬਾਇਓ CNG ਪਲਾਂਟ ਲਾ ਸਕਣ। ਅਮਰੀਕੀ ਰਾਜਦੂਤ KI ਜਸਟਰ ਅਮਰੀਕਾ ਦੇ ਸੰਬੰਧਾਂ ਵਿੱਚ ਸੁਧਾਰ ਹੋਵੇਗਾ। ਉਹਨਾਂ ਕਿਹਾ ਕਿ ਜਦੋਂ ਕੰਪਨੀਆਂ ਅਤੇ ਸਰਕਾਰਾਂ ਇੱਕ ਦੂਜੇ ਦੇ ਨੇੜੇ ਆ ਕੇ ਕੰਮ ਕਰਨ ਨੂੰ ਤਿਆਰ ਹੁੰਦੀਆਂ ਹਨ ਤਾਂ ਉਸ ਨਾਲ ਜਨਤਾ ਦਾ ਭਲਾ ਹੁੰਦਾ ਹੈ। ਪਰ ਪੰਜਾਬ ਸਰਕਾਰ ਦੀ ਇਨਵੈਸਟ ਪੰਜਾਬ ਦੁਆਰਾ ਕੀਤੀਆਂ ਗਈਆਂ ਕੋਸ਼ਿਸ਼ਾਂ ਨਾਲ ਹੀ MOU 'ਤੇ ਦਸਤਖਤ ਹੋ ਸਕੇ ਹਨ। MOU ਦੇ ਦਸਤਖਤ ਕਰਦੇ ਸਮੇਂ ਵਿੱਤ ਮੰਤਰੀ ਮਨਪ੍ਰੀਤ ਬਾਦਲ, ਮੁੱਖ ਮੰਤਰੀ ਦੇ ਪ੍ਰਮੁੱਖ ਪ੍ਰਧਾਨ ਸੁਰੇਸ਼ ਕੁਮਾਰ, ਰਜਤ ਅਰੋੜਾ, ਵਿਨੀ ਮਹਾਜਨ ਅਤੇ ਹੋਰ ਅਧਿਕਾਰੀ ਮੌਜੂਦ ਸਨ। ਬਿਊਰੋ ਰਿਪੋਰਟ, ਆਵਾਜ਼ ਏ ਕੌਮ TV।